ਮੋਟਾਂ ਦਾ ਟਾਈਮ ਆ ਗਿਆ ਜੀ। ਆਹੀ ਬਜ਼ੁਰਗ ਨੇ ਜਿਹਨਾਂ ਨੇ 75 ਸਾਲ ਹੋ ਗਏ ਦੇਸ਼ ਨੂੰ ਖੜਾ ਰੱਖਿਆ ਹੋਇਆ ਵਾ, ਉੱਥੇ ਹੀ ਖੜਾ ਵਾ, ਤੁਰਦਾ ਹੀ ਨਹੀਂ ਹੈਗਾ। ਅੰਗਰੇਜ਼ ਟੋਰ ਤੇ ਹੈ, ਅੰਗਰੇਜ਼ ਟੁਰ ਗਏ ਪਰ ਬਾਕੀ ਸਾਰਾ ਉੱਥੇ ਹੀ ਬੰਦ ਕੰਮ ਖੜਾ ਵਾ। ਹੋਰ ਕੀ ਆ, ਬੜੀ ਮਿਹਨਤ ਬੜੀ ਕਰਨੀ ਪੈਂਦੀ ਹੈਗੀ ਹਰ ਬੰਦੇ ਨੂੰ। ਹੋਰ ਜੀ ਕੀ ਹਾਲ ਚਾਲ ਹੈ? ਮੈਂ ਕਿਹਾ ਵੀ ਦੇਖੋ, ਇਲੈਕਸ਼ਨ ਤਾਂ 5 ਸਾਲ ਬਾਅਦ ਆਈ ਜਾਂਦੇ ਹੈਗੇ ਆ, 75 ਸਾਲ ਹੋ ਗਏ ਵੋਟਾਂ ਪਾਉਂਦੇ ਪਾਉਂਦੇ, ਤੇ ਤੁਸੀਂ ਵੀ ਦੇਖੋ ਕਿੰਨੀ ਵਾਰ ਵੋਟਾਂ ਪਾਤੀਆਂ ਹੋਣੀਆਂ, 10-12 ਵਾਰ ਤਾਂ 5-6 ਵਾਰ ਪਾਤੀਆਂ ਨੇ। ਹਾਂ, ਕਦੀ ਸਰਪੰਚ ਦੀ ਆ ਗਈਆਂ, ਕਦੀ MLA ਦੀ ਆ ਗਈਆਂ, ਕਦੀ MP ਦੀ ਆ ਗਈਆਂ, MLA ਆ ਹੀ ਰਹਿੰਦਾ ਹੈਗਾ ਵਾ। ਤੇ ਇਹ ਫਿਰ ਆਪਾਂ ਨੂੰ ਫਾਇਦਾ ਕੀ ਹੁੰਦਾ ਇਹਦਾ ਵੋਟਾਂ ਪਾ ਕੇ? ਅੰਗਰੇਜ਼ਾਂ ਦੇ ਵੇਲੇ ਬੜੀਆਂ ਮੌਜਾਂ ਸਨ, ਹੈ ਓਦਾਂ ਦੀ ਮੌਜਾਂ ਤਾਂ ਇਹਨਾਂ ਨੇ ਦਿੱਤੀਆਂ ਨਹੀਂ ਹੈਗੀਆਂ ਜਿਹੜੇ ਆਪਣੇ ਵੋਟਾਂ ਪਾਉਂਦੇ ਹੈਗੇ। ਉਹ ਤਾਂ ਫਿਰ ਸਮੇਂ ਦੀ ਗੱਲ ਹੁੰਦੀ ਹੈ, ਉਹ ਸਮਾਂ ਕੁਛ ਹੋਰ ਸੀ। ਫਿਰ ਕਿਹਦਾ ਜੋਰ ਚੱਲੂਗਾ? ਫਿਰ ਗੱਲਬਾਤ ਐਤਕੀ ਕਿਹਦੀ, ਅਕਾਲੀਆਂ ਦੀ ਆ ਰਹੀ ਹੈ ਜਾਂ ਆਪਣਾ ਆਮ ਆਦਮੀ ਪਾਰਟੀ ਦੀ ਆ ਰਹੀ ਹੈ? ਐਤਕੀ ਹਾਲੇ ਕੋਈ ਪਤਾ ਨਹੀਂ ਜੀ। ਵੈਸੇ ਸੈਂਟਰ 'ਚ ਸਰਕਾਰ ਕਿਹਦੀ ਬਣੂਗੀ ਐਤਕੀ? ਸੈਂਟਰ 'ਚ ਵੀ ਹਾਲੇ ਕੋਈ ਪਤਾ ਨਹੀਂ, ਪਰ ਨਹੀਂ ਮੋਦੀ ਕਹਿੰਦਾ ਮੈਂ ਜਿੱਤੇ ਜਾਣਾ 400 ਸੀਟਾਂ ਲੈ ਜਾਣੀਆਂ, ਉਹ ਰਾਹੁਲ ਗਾਂਧੀ ਕਹਿੰਦਾ ਵਾ ਵੀ ਮੈਂ ਜਿੱਤੇ ਜਾਣਾ, ਮਮਤਾ ਬੈਨਰਜੀ ਕਹਿੰਦੀ ਮੈਂ ਜਿੱਤੇ ਜਾਣਾ। ਹਾਂਜੀ, ਉਹ ਸਾਰੇ ਆਪੋ ਆਪਣਾ ਪੱਖ ਰੱਖਦੇ ਆ ਜੀ। ਹਾਂਜੀ, ਤੇ ਤੁਹਾਡਾ ਕੀ? ਐਤਕੀ ਕਿਸੇ ਦਾ ਜੀ ਨਹੀਂ ਕਰਦਾ, ਮੈਂ ਹਰਾ, ਹਰ ਇੱਕ ਬੰਦਾ ਕਹਿੰਦਾ ਮੈਂ ਜਿੱਤੂਗਾ। ਤੁਹਾਡਾ ਕੀ ਵਿਚਾਰ ਬਣ ਰਿਹਾ ਐਤਕੀ, ਕਿਹੜੀ ਪਾਰਟੀ ਆਊਗੀ ਸੈਂਟਰ ਦੇ ਵਿੱਚ? ਸੈਂਟਰ ਦੇ ਵਿੱਚ ਮੈਨੂੰ ਤਾਂ BJP ਦੀ ਉਮੀਦ ਰੱਖਦੀ ਹੈ ਜੀ। ਹਾਂਜੀ, ਉਹੀ ਨਾ ਅਸੀਂ ਪੁੱਛ ਰਹੇ ਹਾਂ ਵੀ ਹਾਂਜੀ ਹਾਂਜੀ ਗੱਲਬਾਤ ਕੀ ਬਣਦੀ ਪਈ ਹੈਗੀ। ਹਾਂਜੀ ਹਾਂਜੀ, ਹੋਰ ਠੀਕ ਠਾਕ? ਹੋਰ ਵਧੀਆ, ਠੀਕ ਹੈ। ਹੋਰ ਚਾਹ ਪਾਣੀ ਦੱਸੋ ਭਾਜੀ? ਬਸ ਦਰਸ਼ਨ ਹੋ ਗਏ ਤੁਹਾਡੇ, ਹੈ ਅਤੇ ਅਸੀਂ ਜੇ ਗੱਲਬਾਤ ਹੀ ਕਰਨੀ ਹੁੰਦੀ ਹੈ, ਪੁੱਛਣਾ ਹੀ ਹੁੰਦਾ ਹੈਗਾ ਵਾ। ਹਾਂ, ਹੋਰ ਕੀ, ਵੇਖ ਲਈ ਉਸ 'ਤੇ ਨਿਆਣਿਆਂ ਨੂੰ ਆਖ ਕੇ। ਹੋਰ ਜੀ, ਬਾਪੇ ਜੀ ਨੇ ਪੀ ਲਈ ਚਾਹ ਜੀ? ਹਾਂ, ਨਹੀਂ ਨਹੀਂ ਅਸੀਂ ਚਾਹ ਨਹੀਂ ਪੀਣੀ, ਅਜੇ ਕੰਮ ਕਰ ਲਈਏ ਥੋੜ੍ਹਾ ਜਿਹਾ। ਹੋਰ ਜੀ ਕੀ ਹਾਲ ਚਾਲ ਹੈ? ਚਾਹ ਬਹੁ ਜੀ, ਹੈ ਨਾ, ਚਾਹ ਮਿੱਟੀ ਹੁੰਦੀ ਹੈ ਨਾ। ਅੱਛਾ, ਗੱਲ 'ਚ ਸੀਗੇ, ਚਾਹੇ ਕਿਸੇ ਪਾਰਟੀ ਨਾਲ ਕੋਈ ਬੰਦਾ ਹੋਵੇ, ਐਤਕੀ ਰੌਲਾ ਕਿਹੜੀ ਪਾਰਟੀ ਦਾ ਪੈ ਰਿਹਾ ਹੈਗਾ ਵਾ? ਰੌਲਾ ਕਿਹੜੀ ਪਾਰਟੀ ਦਾ? ਰੌਲਾ ਮਨਦੀਪ ਨੂੰ ਪੁੱਛੋ ਨਾ ਤੁਸੀਂ, ਮਨਦੀਪ ਤਾਂ ਆਏ ਨਹੀਂ ਅਜੇ, ਉਹ ਸਰਦਾਰ ਜੀ ਹੁਣ ਕੋਲ ਦੇ ਵਾਲੇ ਆਪਣੇ। ਨਹੀਂ ਵੈਸੇ ਤੁਹਾਡੇ ਮੈਂ ਤਾਂ ਪੰਗੇ ਲੈਂਦੇ ਨਹੀਂ, ਇਹਨਾਂ ਚਾਹੀਦੇ ਤੁਸੀਂ ਨਹੀਂ ਪੰਗੇ ਲੈਂਦੇ? ਬੈਂਕ ਵਾਲੇ ਬੰਦੇ ਆ, ਬੈਂਕ ਵਾਲੇ ਦੋ ਦਿਨ ਬੋਲਦੇ ਹੈਗੇ। ਹਾਂ ਹਾਂ ਹਾਂ, ਚੱਲ ਕੋਈ ਨਾ, ਇੱਧਰ ਆ ਜਾਓ ਤੁਸੀਂ। ਉਹ ਜਲਦੀ ਚੱਲ ਜਲਦੀ, ਕੀ ਗੱਲ, ਬੜੀ ਤੇਜ਼ੀ ਬਚੀ ਹੋਈ ਹੈ, ਮਿਲਦਾ ਨਹੀਂ ਵੀ, ਹੁੰਦਾ ਨਹੀਂ ਵੀ ਕੰਮ। ਕੰਮ ਕਿਹੜਾ ਹੋਣਾ, ਕੰਮ ਤਾਂ ਬਸ ਤੁਰੇ ਫਿਰਦੇ ਉਹਦੇ। ਅੱਛਾ ਅੱਛਾ ਅੱਛਾ, ਉਹ ਐਂ ਤਾਂ ਦੱਸ ਮੈਨੂੰ ਹੁਣ, ਪ੍ਰਧਾਨ ਜੀ ਨੇ ਥੋੜ੍ਹੀ ਗੱਲ ਕਰਨੀ ਹੈਗੀ ਆ, ਪ੍ਰਧਾਨ ਜੀ ਤਾਂ ਸਰਕਾਰੀ ਬੰਦੇ ਨੇ, ਹੈਂ। ਹੋਰ ਜੀ ਕੀ ਹਾਲ ਚਾਲ, ਹੁਣ ਤਾਂ ਰਿਟਾਇਰ ਹੋ ਗਏ ਹੋਗੇ? ਪੰਜਾਬ ਸਰਕਾਰ ਆ ਜਿਹੜੀ, ਭੈਣ ਚੋ ਦੀ 1250 ਰੁਪਇਆ ਤਨਖਾਹ ਦੇ ਰਹੀ ਆ ਇਹਨਾਂ ਨੂੰ, 75 ਸਾਲ ਹੋ ਗਏ ਯਾਦ ਹੋਇਆ ਨੂੰ, ਅਸੀਂ ਤਾਂ ਗੁਲਾਮ ਦੇ ਗੁਲਾਮ, ਗੁਲਾਮ ਦੇ ਗੁਲਾਮ, ਚੌਂਕੀਦਾਰ ਤੋਂ ਬਿਨਾਂ ਕੰਮ ਨਹੀਂ ਚੱਲਦਾ। 24 ਘੰਟੇ ਡਿਊਟੀ ਆ ਚੌਂਕੀਦਾਰ। ਚੌਵੀ ਘੰਟੇ ਡਿਊਟੀ ਚੌਂਕੀਦਾਰ ਦੇ ਪਿੰਡ ਦੇ, 1500 ਰੁਪਇਆ ਕਹਿੰਦੇ। ਤੇ ਰਾਸ਼ਨ ਤਾਂ ਮੁਫ਼ਤ ਮਿਲਦਾ ਹੋਣਾ? ਰਾਸ਼ਨ ਬੜੇਵਾ ਮਿਲਦਾ ਜੀ, ਰਾਸ਼ਨ ਕਿੱਥੋਂ ਮਿਲਦਾ? ਸਾਡਾ ਆਪਣੇ ਰੋਲਾ ਬੜਾ ਪਿਆ ਹੋਇਆ ਵਾ, ਸਾਡੇ ਤੁਹਾਡੇ ਸਾਰੇ ਸਰਕਾਰਾਂ ਭੁੱਖੀਆਂ ਨੇ। ਓਏ, ਤਾਂ ਬੜੀ ਵੱਡੀ ਗੱਲ ਕਰਤੀ ਤੁਸੀਂ, ਹੈ। ਚਲੋ ਜੀ, ਇੱਧਰ ਹੋਰ ਆ ਜਾਓ ਬੰਦੇ, ਗੱਲ ਜਿਹੜੀ ਕਰਦੇ ਆ ਨਾ, ਬਸ ਆਪਣਾ ਆਪਣਾ ਰੋਣਾ ਰੋਂਦੇ ਹੈਗੇ ਆ। ਇਹ ਸਰਕਾਰ ਚੁਣਦੇ ਨੇ ਹਰ ਸਾਲ ਹੀ, 5 ਸਾਲਾਂ ਦੇ ਬਾਅਦ ਨਵੀਂ ਸਰਕਾਰ ਚੁਣਨ ਵਾਲੇ ਜਿਹੜੇ ਲੋਕ ਨੇ, ਜਿਹੜੇ ਵੋਟਾਂ ਪਾਉਣ ਵਾਲੇ ਲੋਕ ਨੇ, ਤੁਹਾਨੂੰ ਅਸੀਂ ਵਿਖਾਈ ਜਾਣ ਡੇ ਹਾਂ, ਕਿਉਂਕਿ ਇੱਥੇ ਬੰਦੇ ਟੱਕਰ ਟੁੱਕਰ ਜਾਂਦੇ ਆ ਨਾ। ਆ ਜਾ, ਅੱਗੇ ਆ ਜਾ, ਹੋਰ ਹੌਲੀ ਹੌਲੀ।
ਕੀ ਗੱਲ ਕੀ ਲੱਭਦਾ ਪਿਆ ਤੂੰ ਕੱਲ ਵੀ ਮਿਲਿਆ ਤੂੰ ਇੱਥੇ ਹਾਂਜੀ ਮਹਾਰਾਜ ਹਾਂ ਹੁਣ ਕੀ ਭਟਕਿਆ ਕੋਈ ਉਸ ਦਿਨ ਵੀ ਮੇਰੀ ਪੀਤੀ ਖਾਦੀ ਹੁੰਦੀ ਕਈ ਵਾਰੀ ਤੇ ਮੈਂ ਵੀ ਦੁਖੀ ਹਾਂ ਸੱਤਿਆ ਹੋਇਆ ਮੇਰੀ ਰਿਕਾਰਡਿੰਗ ਕੀਤੀ ਜਾਏ ਹੁਣ ਆ ਗਿਆ ਸੌਫੀ ਦੀ ਗੱਲ ਛੱਡ ਦੂੰ ਮੋਦੀ ਆ ਰਹੇਗਾ ਉੱਥੇ ਕਾਂਗਰਸ ਆ ਰਹੀ ਹੈ ਇੱਥੇ ਆਪਣਾ ਸੈਂਟਰ ਦੇ ਵਿੱਚ ਦੀ ਸਰਕਾਰ ਬਣੂਗੀ ਉਹ ਤਾਂ ਮਹਾਰਾਜ ਤੁਹਾਨੂੰ ਪਤਾ ਮੈਂ ਤਾਂ ਤੁਹਾਡਾ ਹੀ ਸਾਰਾ ਲੈ ਕੇ ਬੈਠਾ ਡਰ ਲੱਗ ਰਿਹਾ ਕਿਸ ਤੋਂ ਡਰ ਲੱਗ ਰਿਹਾ ਜਿਹੜਾ ਬੰਦਾ 6 ਬੰਦੇ ਇਹਦੇ ਹੱਤਿਆ ਕਰ ਸਕਦਾ ਤੇ ਮੇਰੀ ਡਰ ਨਹੀਂ ਲੱਗਦਾ ਤੂੰ ਤਾਂ ਯਾਰ ਆਪਣੀਆਂ ਗੱਲਾਂ ਚਾਲੂ ਕਰਦਾ ਨਾ ਜਦੋਂ ਤੈਨੂੰ ਮਿਲੀ ਦੇਗਾ ਵਾ ਹੈ ਆ ਬਹੁਤੀ ਜੀ ਤੁਸੀਂ ਇੱਕ ਮਿੰਟ ਇੱਕ ਕਮਰਾ ਲਿੱਤਾ ਬਾਹਰਲਾ 2 ਮਹੀਨੇ ਵਾਸਤੇ ਉਹ ਮੋਦੀ ਜਿੱਤੂ ਜਾਂ ਆਪਣਾ ਰਾਹੁਲ ਗਾਂਧੀ ਬਣੂਗਾ ਹੱਤਿਆ ਕਰਨ ਵਾਸਤੇ ਲਿੱਤਾ ਰਾਹੁਲ ਗਾਂਧੀ ਜਿੱਤੂ ਜਾਂ ਮੋਦੀ ਜਿੱਤੂਗਾ ਮੈਂ ਕਹਿੰਦਾ ਤੁਸੀਂ ਜਿੱਤ ਗਏ ਲੈ ਤਾਂ ਵੀ ਹੋਏ ਸਾਰੇ ਬੰਦੇ ਜਿਹੜੇ ਮਿਲ ਲੈਣ ਆਪਣੇ ਇਦਾਂ ਦੇ ਮਿਲਦੇ ਪਏ ਨੇ ਅੱਜ ਅੱਜ ਕੋਈ ਬੰਦਾ ਚਾਹੀਦਾ ਨਹੀਂ ਮਿਲ ਰਿਹਾ ਹੈ ਸਾਰੇ ਸਿਆਣੇ ਹੋ ਗਏ ਹੁਣ ਹੈ ਕੋਈ ਕਿਸੇ ਦਾ ਨਾਂ ਨਹੀਂ ਲੈਂਦਾ ਹੈਗਾ ਹੁਣ ਹੈ ਬਸ ਤੁਸੀਂ ਜਿੱਤ ਗਏ ਚਲ ਅੱਗੇ ਦੇਖਦੇ ਹਾਂ ਯਾਰ ਕੋਈ ਨਾ ਕੋਈ ਆਹ ਬਾਈ ਬੜੀ ਬੜੀ ਤੇਜ਼ੀ ਨਾਲ ਆ ਰਿਹਾ ਅੱਗੇ ਦੇਖ ਕੇ ਅੱਗੇ ਦੇਖ ਕੇ ਅੱਗੇ 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 ਆ ਧਿਆਨ ਨਾਲ ਸੱਟ ਲੱਗ ਜੀ ਹੋਰ ਕੀ ਹਾਲ ਚਾਲ ਹੈ ਅੱਛਾ ਜੀ ਕਿੱਥੇ ਜਾ ਰਹੇ ਹੋ ਬਸਿੱਕਣ ਵੀ ਸਕੂਲ ਅਸੀਂ ਆਧਾਰ ਕਾਰਡ ਬਣਵਾਉਣ ਲਈ ਆਏ ਹੋਏ ਜੀ ਇੱਥੇ ਕਚਹਿਰੀ 'ਚ ਅੱਛਾ ਤੇ ਪ੍ਰੋਬਲਮ ਕੀ ਆ ਗਈ ਹੁਣ ਪ੍ਰੋਬਲਮ ਡੇਟ ਆਫ ਬਰਥ ਨਹੀਂ ਸੀ ਲੀਕ ਠੀਕ ਲੈ 78 ਲਿਖਿਆ ਹੋਇਆ ਸੀ ਬਸ ਉਹਦੇ 28 ਨੂੰ ਅਸੀਂ ਲਿਖਿਆ ਜਿਹੜੀ ਡੇਟ ਆਫ ਬਰਥ ਦਾ ਹੁੰਦਾ ਉਹ ਨਹੀਂ ਸੀ ਲਿਖਿਆ ਹੋਇਆ ਅੱਛਾ 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 ਹਾਂਜੀ ਹਾਂਜੀ ਅੱਛਾ ਹੁਣ ਤੁਸੀਂ ਦੱਸੋ ਸਰਕਾਰ ਕਿਹਦੀ ਆ ਰਹੀ ਹੈ ਸੈਂਟਰ ਦੇ ਵਿੱਚ ਐਤਕੀ ਐ ਨਹੀਂ ਸਾਨੂੰ ਪਤਾ ਜੀ ਇਹਦੇ ਬਾਰੇ ਅਸੀਂ ਕੁਐਸਚਨ ਆਨਲਾਈਨ ਦੇ ਸਕਦੇ ਹਾਂ ਅਸੀਂ ਵੋਟ ਤਾਂ ਪਾਉਣ ਤੱਕ ਆਪਣਾ ਮਤਲਬ ਰੱਖਦੇ ਹਾਂ ਵੋਟ ਐਤਕੀ ਐ ਨਹੀਂ ਅਸੀਂ ਕੁਛ ਦੇ ਸਕਦੇ ਕਿਉਂ ਆਪਾਂ ਇਹਦੇ ਬਾਰੇ ਹਾਂ ਠੀਕ ਹੈ ਹੁਣ ਸਾਨੂੰ ਅੱਗੇ ਆਵਾਜ਼ ਪੈ ਗਈ ਜਰਾ ਆਵਾਜ਼ ਪੈ ਗਈ ਹੈ ਕੋਈ ਗੱਲ ਨਹੀਂ ਕਾਕੇ ਨੂੰ ਪੁੱਛ ਰਿਹਾ ਸੀਗਾ ਮੈਂ ਕਿਹਾ ਮੋਦੀ ਦੀ ਸਰਕਾਰ ਬਣੂ ਕਾਂਗਰਸ ਦੀ ਬਣੂਗੀ ਕਿਹਦੀ ਬਣੂਗੀ ਪਤਾ ਦੇਖੋ ਹੁਣ ਪਬਲਿਕ ਕਿਹਨੂੰ ਪਾਣੀ ਦੀ ਹੈ ਹੈ ਜੀ ਤੁਸੀਂ ਕਿਹਨੂੰ ਪਾ ਰਹੇ ਹੋ ਪਬਲਿਕ ਕਿਹਨੂੰ ਪਸੰਦ ਕਰਦੀ ਹੈ ਤੁਸੀਂ ਕਿਹਨੂੰ ਪਾ ਰਹੇ ਹੋ ਟਾਈਮ ਤੇ ਆਏ ਤਾਂ ਦੱਸਾਂਗੇ ਹੁਣ ਤਾਂ ਸੈਂਟਰ ਦੀ ਸਰਕਾਰ ਹੈ ਪੰਜਾਬ ਦੀ ਤਾਂ ਹੈ ਨਹੀਂ ਹੈ ਜੋ ਟਾਈਮ ਆਏ ਇੱਧਰ ਜਾਣਾ ਉੱਧਰ ਜਾਣਾ ਅੱਗੇ ਹੋਰ ਜੀ ਸੈਂਟਰ ਨੂੰ ਹੀ ਪਾਣੀ ਹੈ ਸੈਂਟਰ ਨੂੰ ਤਾਂ ਪਾਣੀ ਨਹੀਂ ਹੈ ਪਰ ਪਾਣੀ ਕਿਹਨੂੰ ਦੱਸ ਦੇਣੀ ਹੈ ਅਸੀਂ ਖਾਲੀ ਇਕੱਲੇ ਡਿਸੀਜਨ ਲੈ ਸਕਦੇ ਸਾਰੀ ਇੰਡੀਅਨ ਗਵਰਨਮੈਂਟ ਨੇ ਡਿਸੀਜਨ ਦਾ ਪੀਪਲ ਨੇ ਡਿਸੀਜਨ ਲੈਣਾ ਹੁੰਦਾ ਜੀ ਪੀਪਲ ਲੈਣਾ ਤੇ ਵੋਟ ਤਾਂ ਤੁਸੀਂ ਪਾਣੀ ਹੁੰਦੀ ਹੈ ਨਾ ਹਾਂਜੀ ਅਸੀਂ ਖਾਲੀ ਵੋਟ ਪਾਉਣ ਤੱਕ ਮਤਲਬ ਰੱਖਦੇ ਕਿਹਨੂੰ ਪਾਣੀ ਐਤਕੀ ਇਹ ਦੇਖੋ ਮੋਦੀ ਸਾਹਿਬ ਤੁਹਾਨੂੰ ਪੁੱਛ ਕੋਈ ਪਛਾਣਦੇ ਨਹੀਂ ਹੈ ਮੈਂ ਕਹਿੰਦਾ ਮੰਤਰੀ ਆਏ ਨੇ ਮੋਦੀ ਸਾਹਿਬ ਤੇ ਪਛਾਣਦੇ ਹੀ ਕੋਈ ਮੋਦੀ ਕੋਣ ਆ ਤੁਸੀਂ ਮੰਤਰੀ ਸਾਹਿਬ ਹੋ ਹੋਰ ਜੀ ਕੀ ਹਾਲ ਚਾਲ ਹੈ ਮੈਂ ਕਿਹਾ ਨਵੇਂ ਨਵੇਂ ਬੰਦੇ ਟੱਕਰ ਦੇ ਆਲਾ ਅੱਛਾ ਹੁਣ ਲੋਕੀ ਨਾ ਜਿੰਨੇ ਬੰਦੇ ਨੂੰ ਪੁੱਛਿਆ ਨਾ ਹੁਣ ਐਨ ਕਹਿੰਦੇ ਆ ਕਿ ਵੋਟ ਕਿਹਨੂੰ ਪਾਣੇ ਪਤਾ ਨਹੀਂ ਕਿਸੇ ਨੂੰ ਵੋਟ ਪਾਣ ਵੇਲੇ ਪਤਾ ਨਹੀਂ ਕਿੱਦਾਂ ਦੇ ਲੋਕ ਆ ਯਾਰ ਮੈਂ ਤਾਂ ਦਿਖਾ ਰਿਹਾ ਦੇਖੋ ਨਾ ਪਤਾ ਨਹੀਂ ਕਿਸੇ ਨੂੰ ਉਹ ਚੱਲ ਤੂੰ ਤੂੰ ਜਦਾਂ ਨਾਰ ਵਰ ਲੈ ਵੀ ਅੱਜ ਤਾਂ ਬੋਣੀ ਜਾਣੀ ਕਿ ਹੋਰ ਤਰ੍ਹਾਂ ਦੀ ਹੋਈ ਹੈਗੀ ਹੈ ਆ ਯਾਰ ਉਹ ਪਰਚੀ ਸਹੀ ਹੈ ਕਿ ਗਲਤ ਹੋ ਗਈ ਪਰਚੀ ਲਈ ਜਾਂਦੇ ਹੋਰ ਕੀ ਕਚਹਿਰੀ ਆਏ ਸੀ ਅੱਜ ਹਾਂਜੀ ਹਾਂਜੀ ਇੱਥੇ ਆਏ ਸੀ ਡੀ ਸੀ ਦਫ਼ਤਰ ਆਏ ਸੀ ਨਹੀਂ ਕਚਹਿਰੀ ਆਏ ਸੀ ਅੱਛਾ ਅੱਛਾ ਨਿਬੜ ਗਿਆ ਨਹੀਂ ਔਖਾ ਬੜਾ ਧੱਕੇ ਤੋਂ ਧੱਕੇ ਹੀ ਆ ਅੱਛਾ ਹੁਣ ਸਰਕਾਰ ਕਿਹਦੀ ਆ ਰਹੀ ਫਿਰ ਐਤਕੀ ਐਤਕੀ ਆਪਣਾ ਕਾਂਗਰਸ ਆਊ ਜਾਂ ਮੋਦੀ ਆਊਗਾ ਸੈਂਟਰ 'ਚ ਵੇਖੋ ਜੀ ਕਹਿ ਨਹੀਂ ਸਕਦੇ ਕੁਛ ਤੁਹਾਡਾ ਕੀ ਖਿਆਲ ਤੁਸੀਂ ਕਿਹਨੂੰ ਵੋਟ ਪਾਉਣੀ ਐਤਕੀ ਅਸੀਂ ਵੋਟ ਦਾ ਕੇ ਕਾਂਗਰਸ ਨੂੰ ਪਾਉਂਦੇ ਹਾਂ ਅੱਛਾ ਐਤਕੀ ਦੇਖੋ ਕੋਈ ਫਾਇਦਾ ਤੁਹਾਡਾ ਕਰਦਾ ਨਹੀਂਗਾ ਹਾਂ ਕੋਈ ਕੋਈ ਰਾਸ਼ਨ ਨਹੀਂ ਪਾਪੂ ਭਗਵੰਤ ਮਾਨ ਆ ਜਿਹੜੀ ਕਣਕ ਕੁਣਕ ਮਿਲਦੀ ਉਹ ਵੀ ਬੰਦ ਕਰਤੀ ਆ ਜਿਹੜੀ ਪਿੰਡਾਂ 'ਚ ਦਿੰਦੇ ਸੀਗੇ ਉਹ ਮੋਦੀ ਪਾਉਂਦਾ ਜਿਹੜੀ 5 ਕਿਲੋ ਚੀਨ ਨੂੰ ਪਾਉਂਦਾ ਆ ਹੋਰ ਤਾਂ ਪਾਉਂਦੇ ਨਹੀਂ ਕੋਈ ਮਾੜਾ ਮਾੜਾ ਆ ਰਿਹਾ ਚਲੋ ਹੋਰ ਕੀ ਚੰਗੀ ਗੱਲ ਤਾਂ ਹੋਈ ਨਹੀਂ ਰਹੀ ਕੀ ਹਾਲ ਹੈ ਫਿਰ ਕਿਹਨੂੰ ਲੈ ਕੇ ਰਹੇ ਸੈਂਟਰ 'ਚ ਐਤਕੀ ਸੈਂਟਰ 'ਚ ਤਾਂ ਦੇਖੋ ਜੀ ਵੈਸੇ ਰਾਹੁਲ ਆ ਰਿਹਾ ਠੀਕ ਹੈ ਰਾਹੁਲ ਅੱਛਾ ਕੰਮ ਕਰਦਾ ਹੈ ਨਹੀਂ ਠੀਕ ਹੈ ਅੱਛਾ ਤੋਂ ਕਰ ਰਹਾ ਹੈ ਜੀ ਠੀਕ ਹੈ ਜੀ ਮੋਦੀ ਨੇ ਕੁਝ ਕੀਤਾ ਨਹੀਂ ਨਹੀਂ ਮੋਦੀ ਨੇ ਕਰਾ ਲੇਕਿਨ ਮੋਦੀ ਸੇ ਨਾਰਾਜ਼ਗੀ ਹੈ ਕਿਸਾਨੋਂ ਕੋ ਲੈ ਕੇ ਨਾਰਾਜ਼ਗੀ ਕਿਸਾਨੋਂ ਕੋ ਕਿਸਾਨ ਥੋੜੀ ਹੋ ਨਹੀਂ ਮੈਂ ਕਿਸਾਨ ਨਹੀਂ ਹਾਂ ਲੇਕਿਨ ਹੈ ਤਾਂ ਪਬਲਿਕ ਕੇ ਸਾਥ ਤੋਂ ਹੈ ਨਾ ਹਾਂਜੀ ਹਾਂਜੀ ਦੇਖੋ ਜੀ ਕਹਤੇ ਹੈ ਕਿਸਾਨੋਂ ਕੇ ਕਾਰਨ ਇਨਕਾ ਨਾਰਾਜ਼ਗੀ ਹੈ ਨਾਲੇ ਜੋ ਭਗਵੰਤ ਮਾਨ ਕਹਿੰਦਾ ਸੀ ਕਿ ਜਰਮ ਡੇਟ ਬੱਚਿਆਂ ਦੀ ਮੌਤ ਦਾ ਸਰਟੀਫਿਕੇਟ ਲੈਣਗੇ ਸਾਡੇ ਬੰਦੇ ਹੋਣਗੇ ਕੋਈ ਬੰਦਾ ਨਹੀਂ ਹੁੰਦਾ ਫੋਨ ਫਾਨ ਕਰਦੇ ਕੋਈ ਚੱਕਦੇ ਨਹੀਂ ਅੱਛਾ ਇਹ ਕਹਿੰਦਾ ਸੀ ਘਰ 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 ਜਾਣਗੇ ਘਰ ਘਰ ਹੈ ਹਾਂਜੀ ਸਰਕਾਰ ਤੁਹਾਡੇ ਦੁਆਰ ਹਾਂਜੀ ਨਾਲੇ ਕਹਿੰਦੇ ਮੇਰੇ ਰਾਸ਼ਨ ਲਵਾਂਗੇ ਘਰ ਕੇ ਬੱਚਿਆਂ ਨੂੰ ਉਹ ਵੀ ਨਹੀਂ ਬੰਦ ਪਤਾ ਨਹੀਂ ਕੀ ਹਿਸਾਬ ਕਰਤਾ ਵਾ ਇਹਨਾਂ ਦਾ ਐ ਪਤਾ ਨਹੀਂ ਲੱਗਦਾ ਹੈਗਾ ਹੈ ਉਹ ਦੇਖੋ ਜੀ ਲੋਕੀ ਆਪਣੇ ਆਪਣੇ ਗੱਲਾਂ ਦੱਸਦੇ ਜੇ ਦੇਖ ਲੈਣਾ ਹੈ ਹੋਰ ਦੇਖੀਏ ਆ ਜਾਓ ਆ ਕੇ ਬਾਹਰ ਆ ਜਾਓ ਆਹੋ ਉਹ ਦੇਖ ਕੇ ਬੜਾ ਟ੍ਰੈਫਿਕ ਜਾਮ ਸੀ ਰਸਤੇ ਦੇ ਵਿੱਚ ਕਹਿੰਦੇ ਮਾਨ ਆਇਆ ਭਗਵੰਤ ਮਾਨ ਆਇਆ ਅਸੀਂ
मुख्यमंत्री होंगे देश का तो भले ही होने अगे अगे तो सेंटर की बनू ऐतकी पिंड वोट पाते है सरपंच भी चुनते है चलो वखरी गल चलो केड़ा पिंड बंदा लुधियाने अपना नहीं असि कपूरथले तो कपूरथले तो आए तुम उधर तो थोड़े राजे महाराज का शहर है गया। थोड़ी शक्ल भी राजे महाराज ने मिलती है नहीं, नहीं। चलो कोई नहीं 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 फिर है ही है चलो तुम कुछ कहना नहीं चाहते मतलब है वैसे वैसे चलता की अपना हालात कहना बनता नहीं कटा लो गए टिकटा नहीं 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 कटा नहीं लगे थी चलो कोई गल नहीं देखो अच्छा 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 तुम अपने बच्चों पढ़ा पढ़ा के जाने के प्रिंसीपल बनाता है मास्टर बनाता तो इस करके तो साढ़े काबू नहीं आना है सानू भी किसी ने बनाया थानू किसी ने बनाया है वा चलो कोई गल नहीं असं हार मान लें ओके जी ओके हाँ चलो जो बंदा कचहरी आता ना जैसे जाता वा अपना डीसी दफ्तर थाला बन जाता को सारे लसेंस पाने पैंते हैं सर्टिफिकेट पाने पैंते हैं काम कराना पैंता है वा ये अंग्रेजा अंग्रेज होंगे ना इतने इदा नहीं होना सीगा आप अंग्रेजों कड़ के अपनी सरकार बना लिया तो हूँ जी सरकार जी है ना सेंटर के बच्चे इलेक्शन ऐतकी फिर होने है तो ऐतकी की थोड़ा ख्याल है नो कमेंट सर आई एम गवर्नमेंट एम्पलाई ओके ओके सर ओके 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 चलो चलते है और जी तो गवर्नमेंट एम्पलाई नहीं बोलते है कोई भी क्योंकि गवर्नमेंट एम्पलाई कहते यार असं की विचार देवे अपने है और तू दस दे टोपी टूपी ली आ की हाल है तू इधर आ मेरे वाले तुम तो सरकार बनाते हो तुम तो एम एल ए चाहते हो तो एम पी चाहते है तो ऐतकी फिर की ख्याल है तेरा देखो हाल तो कोई चारा नहीं 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 फिर भी तू अपना किनू पा राहुल गांधी आ अपना उस तो बाद अकाली हैगी आम आदमी पार्टी है केजरीवाल कहते मैं ही प्रधानमंत्री बनना अच्छा मोदी कहते मैं बनना है तेरा की ख्याल है तू किधर जाना ऐतकी हाल नहीं कोई मन की बनता पे ਨੇ ਕਾਂਗਰਸ ਨੂੰ ਪਾਵਾਂਗੇ ਕਾਂਗਰਸ ਨੂੰ ਇਹ ਦੱਸੀ ਨਾ ਹੋਰ ਕੀ ਹਾਲ ਚਾਲ ਹੈ ਹੋਰ ਬੱਲੇ ਬੱਲੇ ਚੜ੍ਹਦੀ ਕਲਾ ਕਿਰਪਾ ਜੀ ਮਾਲਕ ਦੀ ਹੋਰ ਅਵਸਥਾ ਇਦਾਂ ਆਈ ਸੀ ਵੀ ਸਰਕਾਰਾਂ ਜਿਹੜੀਆਂ ਨਾ ਸੈਂਟਰ ਦੀਆਂ ਸਰਕਾਰਾਂ ਨੇ ਸਰਕਾਰਾਂ ਤਾਂ ਕੁੱਤੀਆਂ ਨੇ ਜੀ ਸਰਕਾਰ ਕੋਈ ਚੰਗੀ ਹੈ ਹੀ ਨਹੀਂ ਨਾ ਨਾ ਸਰਕਾਰਾਂ ਹਾਂ ਸਰਕਾਰ ਕੋਈ ਵੀ ਚੰਗੀ ਨਹੀਂ ਹੈਗੀ ਜੇ ਆਪਾਂ ਕਹੀਏ ਨਾ ਆਪਾਂ ਕਹੀਏ ਆਮ ਆਦਮੀ ਪਾਰਟੀ ਨਾ ਆਪਾਂ ਕਹੀਏ ਹੋਰ ਸਰਕਾਰਾਂ ਸਾਰੀਆਂ ਹੀ ਗੰਦੀਆਂ ਨੇ ਇੱਕੋ ਹੀ ਸਰਕਾਰਾਂ ਨੇ ਇਹ ਬਾ ਭੇਸ ਠੱਗਣ ਦੇ ਬਾ ਭੇਸ ਅਲੱਗ ਅਲੱਗ ਨੇ ਠੀਕ ਹੈ ਨਾ ਉਹ ਤਰੀਕੇ ਨਾਲ ਬਾ ਠੱਗਦੇ ਨੇ ਇਹ ਲੋਕਾਂ ਨੇ ਬਾ ਕਹਿਣ ਦੀ ਹਿੰਮਤ ਨਹੀਂ ਹੈਗੀ ਲੋਕਾਂ ਦਾ ਜ਼ਮੀਰ ਮਰਿਆ ਹੋਇਆ ਠੀਕ ਹੈ ਵੀ ਨਾ ਵੋਟਾਂ ਪਾਓ ਯਾਰ ਠੀਕ ਹੈ ਘੱਟੋ ਘੱਟ ਕੁਛ ਕਰੋ ਤਾਂ ਸਹੀ ਬਿਲਕੁਲ ਬਿਲਕੁਲ ਇਹ ਛੇਤਰ ਖਾਨ ਨਾਲੋਂ ਕਿਹੜੇ ਬੰਦੇ ਨੂੰ ਕੀ ਸਹੂਲਤ ਮਿਲਦੀ ਹੈ ਮੈਨੂੰ ਦੱਸੋ ਇੱਕ ਵੀ ਸਹੂਲਤ ਦੱਸੋ ਉਹ ਬਸ ਪਹਿਲਾਂ ਕਹਿੰਦੇ ਸੀ ਸਿਕਿਉਰਟੀ ਨਹੀਂ ਲੈਣੀ ਹੈਗੀ ਠੀਕ ਹੈ ਕੋਈ ਨਾ ਕੋਈ ਗਰੀਬ ਬੰਦਾ ਸੀਗਾ ਉਹਨੇ ਗੱਡੀ ਦੇ ਵੀ 200 ਦਾ ਤੇਲ ਪਵਾਇਆ ਤੇ ਉਹਨੇ ਗੱਡੀ ਬੰਦ ਕਰ ਲਈ ਕਹਿੰਦਾ ਵੀ ਜਦੋਂ ਸੀ ਐਮ ਸਾਹਿਬ ਲੰਘਣਾ ਇਹਨਾਂ ਨੇ ਵੀ ਇਹਨਾਂ ਨੇ ਚੱਲ ਪੰਜ ਵੀ ਇੱਕ ਮਿੰਟ ਲੰਘ ਜਾਣਾ ਵੀ ਇਹ ਕਿਹੜਾ ਬੀ ਆਈ ਪੀ ਨੇ ਉਹ ਕਹਿੰਦਾ ਮੇਰਾ 200 ਦਾ ਤੇਲ ਮੁੱਕ ਗਿਆ ਗੱਡੀ ਸਟਾਰਟ ਖੜੀ ਦਾ ਕਹਿੰਦਾ ਅੱਧਾ ਘੰਟਾ ਸੀ ਐਮ ਸਾਹਿਬ ਦੇ ਕਾਫਲੇ ਲੈਣ ਨਹੀਂ ਮੁੱਕੀ ਹੈਗੀ ਆਹੀ ਗੱਲ ਅਸੀਂ ਹੁਣ ਸੀ ਐਮ ਅੱਜ ਫਿਰ ਆਇਆ ਲੁਧਿਆਣੇ ਬਸ ਕੰਮ ਰੁਕੇ ਹੋਏ ਨੇ ਅਸੀਂ ਕਿਸੇ ਭਰਾ ਦੀ ਛੁੱਟੀ ਕਰਾਉਣ ਆਏ ਸੀਗੇ ਠੀਕ ਆ ਉਹਦਾ ਕੰਮ ਸੀਗਾ ਉਹ ਕਹੇ ਸੀ ਐਮ ਸਾਹਿਬ ਦੇ ਬੈਠੇ ਨੇ ਚਲੋ ਜੀ ਬਾਕੀ ਠੀਕ ਆ ਬਸ ਸੀ ਐਮ ਸਾਹਿਬ ਬੈਠੇ ਜਾਂਦਾ ਦੇ ਕੇ ਥੋੜੀ ਜਾਣਾ ਕੋਈ ਲੈ ਕੇ ਜਾਣਾ ਇੱਥੋਂ ਆਫਤਾ ਵਸੂਲੀ ਲਿਆਓ ਜੀ ਇੱਧਰ ਬਹੁਤ ਬੜੀ ਖੜੀ ਆ ਸਾਰੀ ਪੁਲਿਸ ਇੱਧਰ ਲਾਤੀ ਬਾ ਉਹ ਇਹ ਕੋਈ ਚੱਕਰੇ ਨਹੀਂ ਹੈਗਾ ਵੀ ਇਹਨਾਂ ਦਾ ਬਸ ਆਪਦੇ ਉਹਦੇ ਤੱਕ ਮਤਲਬ ਆ ਵੀ ਹਾਂ ਬਸ ਕਿਸੇ ਨਾ ਕਿਸੇ ਤਰੀਕੇ ਹੀ ਠੱਗ ਲਈਏ ਬਸ ਲੋਕਾਂ ਅੱਛਾ ਫਿਰ ਲੋਕਾਂ ਨੂੰ ਸਮਝ ਵੀ ਨਹੀਂ ਆਉਂਦੀ ਹੈਗੀ ਲੋਕ ਹੁਣ ਪਤਾ ਨਹੀਂ ਤਾਂ ਲੋਕਾਂ ਨੂੰ ਆਦਤ ਪੈ ਗਈ ਛਿੱਤਰ ਖਾਣ ਦੀ ਹੈ ਨਾ ਉਧਰ ਨੂੰ ਕੋਈ ਆਏ ਨਹੀਂ ਰਿਹਾ ਹੈਗਾ ਬਸ ਲੋਕ ਕਹਿੰਦੇ ਹਾਂ ਠੀਕ ਆ ਬਸ ਜਿੱਦਾਂ ਉਹ ਆਦਤ ਪੈ ਗਈ ਯੂਜ਼ ਟੂ ਹੋ ਗਈ ਉਹ ਚੀਜ਼ ਦੇ ਹਾਂਜੀ ਅੱਖਾਂ ਬੰਦ ਕਰਕੇ ਨਾ ਬਸ ਹਾਂਜੀ ਦਿਮਾਗ ਤੋਂ ਬਿਨੀ ਵੋਟ ਬਸ ਬਸ ਗੱਲ ਬਣਦੀ ਨਹੀਂ ਪਈ ਹੈਗੀ ਠੀਕ ਹੈ ਹੋਰ ਕੀ ਹਾਲ ਚਾਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਜੀ ਭਾਜੀ ਤੁਸੀਂ ਤਾਂ ਐਤੀ ਵੀਰ ਬੰਦ ਹੈਗੀ ਪਿਆ ਵਾ ਸਰਕਾਰਾਂ ਸਕੂਲ ਕਿਹਦੀ ਆ ਰਹੀਆਂ ਮੈਂ ਸਰਕਾਰਾਂ ਕਿਹਦੀਆਂ ਪਹਿਲਾਂ ਹੀ ਪਛਤਾਉਣੇ ਆ ਕਿਉਂ ਹੈ ਪਹਿਲੇ ਅੱਛਾ ਜੀ ਪਹਿਲੇ ਬਾਈ ਸੀ ਹੈ ਹਾਂ ਉਹ ਤਾਂ ਚਲੋ ਹੁਣ ਬੈਠ ਗਿਆ ਮੁੱਖ ਮੰਤਰੀ 3 ਸਾਲ ਨਹੀਂ ਜਾਣਾ ਉਹਨੇ ਤਾਂ ਜੇ ਅੱਛਾ ਜੀ ਹਾਂ ਤੇ ਸੈਂਟਰ ਜੀ ਨੂੰ ਬਿਠਾਣਾ ਹੈ ਜੀ
ਸੈਂਟਰ ਚ ਤਾਂ ਹੋ ਰਿਹਾ ਕੋਈ ਚਾਹੀਦਾ ਕਿਹੜਾ ਚਾਹੀਦਾ ਵਾ ਦੱਸੋ ਵਧੀਆ ਬੰਦੇ ਚਾਹੀਦੇ ਆ ਮੋਦੀ ਮਾਦੀ ਉਹਨੇ ਸਭ ਕੁਝ ਦੇਖ ਲਏ ਕੇਜਰੀਵਾਲ ਨਾ ਨਾ ਕੇਜਰੀਵਾਲ ਨੇ ਵੀ ਕੀ ਕਰਨਾ ਰਾਹੁਲ ਗਾਂਧੀ ਆ ਕਰੀ ਹੋ ਜਾਂਦੇ ਨੇ ਛੋਟਾ ਕੇਜਰੀਵਾਲ ਰਾਹੁਲ ਗਾਂਧੀ ਹੈਗਾ ਰਾਹੁਲ ਗਾਂਧੀ ਨੰਨਾ ਅਜੇ ਜਿਹਦੀ ਮਰਜ਼ੀ ਆਵੇ ਜਿਹੜਾ ਸਹੀ ਕੰਮ ਕਰਨ ਵਾਲਾ ਹੋਏ ਬਸ ਉਹੀ ਵਧੀਆ ਆ ਅੱਛਾ ਜਿਹੜਾ ਸਹੀ ਕੰਮ ਕਰੂਗਾ ਤੁਸੀਂ ਕਿਉਂ ਚਾਹੁੰਦੇ ਸਹੀ ਬੰਦਾ ਕਿਹੜਾ ਕੰਮ ਕਰ ਰਿਹਾ ਹੈ ਰਾਹੁਲ ਗਾਂਧੀ ਕੇਜਰੀਵਾਲ ਦੇਖੋ ਜੀ ਇਹਦੇ ਬਾਰੇ ਤਾਂ ਮੈਨੂੰ ਪਤਾ ਨਹੀਂ ਮੈਨੂੰ ਇੰਨਾ ਪਤਾ ਵੀ ਜਿਹੜਾ ਵੀ ਵਧੀਆ ਕੰਮ ਕਰੇ ਉਹੀ ਸਰਕਾਰ ਵਧੀਆ ਠੀਕ ਹੈ ਜੀ ਜਿਹੜਾ ਇਨਸਾਨੀਅਤ ਨੂੰ ਪਛਾਣੇ ਚਲੋ ਇਨਸਾਨੀਅਤ ਜਿਹੜਾ ਪਛਾਣੇ ਉਹੀ ਬੰਦਾ ਵਧੀਆ ਹੈਗਾ ਵਾ ਬਾਕੀ ਤੁਸੀਂ ਜਰਾ ਇੰਨੀ ਕੁ ਕਰਦੇ ਬਹੁਤ ਹੋ ਗਿਆ ਹੁਣ ਫਿਰ ਬਾਕੀ ਫਿਰ ਮਿਲਾਂਗੇ ਸਾਹ ਜੀ ਆ ਲੋਕਾਂ ਦੇ ਯਾਰ ਦੇਖ ਲਓ ਕਿੰਨੇ ਕੁ ਵਿਚਾਰ ਨੇ ਇਹੀ ਵੋਟਾਂ ਪਾ ਕੇ ਸਰਕਾਰਾਂ ਬਣਾਉਂਦੇ ਨੇ ਕਿੰਨੀ ਕੁ ਅਕਲ ਇਹਨਾਂ ਨੂੰ ਕਿੰਨਾ ਕੁ ਦਿਮਾਗ ਹੈ ਤੁਸੀਂ ਆਪ ਹੀ ਅੰਦਾਜ਼ਾ ਲਾ ਲਿਓ ਹੈ ਐਨਾਲਿਸਿਸ ਤੁਸੀਂ ਆਪ ਕਰਨਾ ਲੋਕਾਂ ਨੂੰ ਅਸੀਂ ਮਿਲਦੇ ਹਾਂ